ਲੋ ਵੀ ਕਿਸਾਨ ਵੀਰੋ, ਆਹ ਪਿੰਡ ਰਣਸਿੰਘ ਖੁਰਦ ਵਿੱਚ ਬਹੁਤ ਭਾਰੀ ਬਰਸਾਤ ਹੋਈ ਆ। ਆਹ ਰਸਤਾ ਸੀ ਆਪਣੇ ਖੇਤ ਨੂੰ ਜਾਂਦਾ ਵੀ ਟੁੱਟ ਜਾਏਗਾ ਸਾਰਾ। ਉਹ ਖੇਤ ਨੂੰ ਜਾਂਦੀ ਪਈ, ਉਹ ਵੀ ਉੱਤੋਂ ਦੀ ਪਾਣੀ ਚੱਲੀ ਜਾਂਦਾ। ਉਹ ਝੋਨਾ ਬੀਜ ਦੜ ਗਿਆ 16-17 ਏਕੜ, ਉਹਦੇ ਵਿੱਚ ਦੀ ਪਾਣੀ ਚੱਲ ਰਿਹਾ ਖੇਤਾਂ ਵਿੱਚ। ਸਾਡੇ ਬੰਦੇ ਪੁਲ ਬਣਾਉਣ ਦੀਆਂ ਸਕੀਮਾਂ ਬਣਾ ਰਹੇ ਆ। ਬੰਦਾ ਡੋਬੂ ਤਾਂ ਰਾਵਣਾ ਬਹੁਤ ਭਾਰੀ ਮੀਂਹ ਪਿਆ ਜੀ, ਬਹੁਤ ਭਾਰੀ ਬਰਸਾਤ ਹੋਈ ਹੈ। ਸਾਨੂੰ ਡਰੇਨ ਬਚਾ ਵੀ ਜਾਂਦੀ ਹੈ ਸਾਰਾ ਪਾਣੀ, ਜਿੰਨਾ ਵੀ ਦੋ ਤਿੰਨ ਪਿੰਡਾਂ ਦਾ ਪਾਣੀ ਵਿੱਚ ਮਤਲਬ ਪੈਣ ਲੱਗ ਗਿਆ ਇਹ ਪਾਣੀ, ਗਾਂ ਦੀਆਂ ਸਰਕਲ ਨਿਕਲੀ ਜਾਂਦਾ ਪਾਣੀ। ਟਰਾਲੀ 'ਚ ਵੱਢ ਕੇ ਤੇ ਲੱਦ ਕੇ ਭਾਵੇਂ ਜਦੋਂ ਮਰਜ਼ੀ ਉੱਧਰ ਨੂੰ ਜਾ ਵਰ ਅੱਜ ਹੀ ਜਾਇਆ ਕਿਵੇਂ ਕਰਾਂਗੇ ਜੀ, ਜਰੂਰ ਲੈ ਜਾ ਕਰਾਂਗੇ ਆਏ ਨੀ ਉਹ ਆਏ ਕਰਾਂਗੇ।